ਦੋਸਤੋ ਪੰਜਾਬ ਦੀ ਨਵੀਂ ਨਵੀਂ ਜੌਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਚੰਡੀਗੜ੍ਹ ਪੁਲਿਸ ਵਿੱਚ ਆਈ ਅਸਿਸਟੈਂਟ ਸਬ-ਇੰਸਪੈਕਟਰ ਦੀ ਪੋਸਟ ਬਾਰੇ ਸਪੋਰਟ ਦੇ ਰਿਗਾਰਡਿੰਗ ਜਿਹੜੇ ਵੀ ਮੇਨ ਮੇਨ ਜਾਣਕਾਰੀਆਂ ਤੁਹਾਨੂੰ ਮੈਂ ਇਸ ਵੀਡੀਓ ਦੇ ਥਰੂ ਦੱਸ ਦੇਣਾ ਬਾਕੀ ਇਸ ਦਾ ਲਿੰਕ ਵੀ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿਆਂਗਾ ਨੋਟੀਫਿਕੇਸ਼ਨ ਦਾ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਇੱਥੇ ਕੁਆਲੀਫਿਕੇਸ਼ਨ ਦੇ ਲਈ ਕ੍ਰਾਈਟੇਰੀਆ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਇਹਨਾਂ ਨੇ ਏਜ ਲਿਮਿਟ ਮੈਂਸ਼ਨ ਕੀਤੀ ਗਈ ਹੈ ਉਹ ਤਾਂ ਜਿਹੜੀ 18 ਤੋਂ 25 ਸਾਲ ਕੈਂਡੀਡੇਟ ਹੈ ਜਨਰਲ ਕੈਂਡੀਡੇਟ ਵਾਸਤੇ ਜਿਹੜੇ OBC ਕੈਂਡੀਡੇਟ ਨੇ ਉਹ 18 ਤੋਂ 28 ਸਾਲ ਹੈ ਇਸ ਤੋਂ ਇਲਾਵਾ ਜਿਹੜੇ SC ਕੈਂਡੀਡੇਟ ਨੇ ਉਹਨਾਂ ਦੀ ਏਜ ਲਿਮਿਟ ਜਿਹੜੀ 18 ਤੋਂ 30 ਸਾਲ ਦੀ ਹੈ ਠੀਕ ਹੈ ਇਸ ਤੋਂ ਬਾਅਦ ਜਿਹੜੇ ਵੀ ਮਤਲਬ ਕਿ ਸਰਵਿਸਮੈਨ ਨੇ ਪੰਜਾਬ ਪੁਲ ਚੰਡੀਗੜ੍ਹ ਪੁਲਿਸ ਵਿੱਚ ਹਨ ਉਹਨਾਂ ਵਾਸਤੇ ਇਹ ਕ੍ਰਾਈਟੇਰੀਆ ਰੱਖਿਆ ਗਿਆ ਇਸ ਤੋਂ ਇਲਾਵਾ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਮੇਲ ਐਂਡ ਫੀਮੇਲ ਵਾਸਤੇ ਦੋਵਾਂ ਵਾਸਤੇ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਚਾਹੇ ਤੁਸੀਂ BA ਕੀਤੀ ਹੈ B.Com ਕੀਤੀ ਹੈ BSc ਕੀਤੀ ਹੈ ਤਾਂ ਤੁਸੀਂ ਇਸ ਪੋਸਟ ਲਈ एलिजिਬਲ ਹੋ। ਜਿਹੜਾ ਵੀ ਕੈਂਡੀਡੇਟ ਅਪਲਾਈ ਕਰ ਰਿਹਾ ਉਸ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਵੀ ਲਾਜ਼ਮੀ ਹੈ। ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ। ਜਿਹੜਾ ਵੀ ਕੈਂਡੀਡੇਟ ਅਪਲਾਈ ਕਰ ਰਿਹਾ ਉਸ ਕੋਲ ਇੱਕ ਵੈਲਿਡ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ। ਹਾਈਟ ਕਿੰਨੀ ਹੋਣੀ ਚਾਹੀਦੀ ਹੈ? 5 ਫੁੱਟ 7 ਇੰਚ ਹੋਣੀ ਚਾਹੀਦੀ ਹੈ ਮੇਲ ਕੈਂਡੀਡੇਟ ਦੀ ਤੇ ਫੀਮੇਲ ਕੈਂਡੀਡੇਟ ਦੀ 5 ਫੁੱਟ 2 ਇੰਚ ਹੋਣੀ ਚਾਹੀਦੀ ਹੈ। ਤੇ ਚੈਸਟ ਦਾ ਕ੍ਰਾਈਟੇਰੀਆ ਸਿਰਫ ਮੇਲ ਕੈਂਡੀਡੇਟ ਵਾਸਤੇ ਹੈ। ਤਾਂ 33 ਇੰਚ ਦੀ ਜਿਹੜੀ ਜਸਟ ਦਾ ਸਾਈਜ਼ ਹੋਣਾ ਚਾਹੀਦਾ ਹੈ ਓਕੇ ਦੋਸਤੋ ਇਸ ਤੋਂ ਬਾਅਦ ਐਂਡ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਦੀ ਗੱਲ ਕਰੀਏ ਰੇਸ ਹੋਵੇਗੀ 1 ਮੀਲ ਦੀ ਹੋਵੇਗੀ ਜੋ 6 ਮਿੰਟਾਂ ਵਿੱਚ ਮੇਲ ਕੈਂਡੀਡੇਟ ਨੂੰ ਕੱਢਣੀ ਆ ਤੇ 500 ਮੀਟਰ ਦੀ ਹੋਵੇਗੀ ਜਿਹੜੀ ਉਹ 2 ਮਿੰਟ 30 ਸੈਕਿੰਡ ਮਤਲਬ ਕਿ 2 ਮਿੰਟ 30 ਸੈਕਿੰਡਾਂ ਵਿੱਚ ਫੀਮੇਲ ਕੈਂਡੀਡੇਟ ਵਾਸਤੇ ਆ ਓਕੇ ਦੋਸਤੋ ਬਾਕੀ ਐਕ ਸਰਵਿਸਮੈਨ ਦਾ ਤੁਸੀਂ ਇਹਦੇ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਲੌਂਗ ਜੰਪ ਹੋਵੇਗੀ ਤੇ ਮੇਲ ਕੈਂਡੀਡੇਟ ਵਾਸਤੇ 14 ਫੁੱਟ ਦੀ ਹੋਵੇਗੀ ਅਤੇ ਫੀਮੇਲ ਕੈਂਡੀਡੇਟ ਵਾਸਤੇ 8 ਫੁੱਟ ਦੀ ਹੋਵੇਗੀ ਓਕੇ ਇਸ ਤੋਂ ਇਲਾਵਾ ਹਾਈ 4 ਫੁੱਟ ਦੀ ਹੋਵੇ ਕਿਤੇ ਫੀਮੇਲ ਕੈਂਡੀਡੇਟ ਵਾਸ 10 ਫੁੱਟ ਦੀ ਹੋਵੇ। ਸੈLECTION ਪ੍ਰੋਸੈਸ ਦਾ ਗੱਲ ਕਰੀਏ ਇੱਕ ਤੁਹਾਡਾ ਐਗਜ਼ਾਮ ਹੋਵੇਗਾ। ਇਹ ਐਗਜ਼ਾਮ ਦੋ ਭਾਗਾਂ ਵਿੱਚ ਵੰਡਿਆ ਹੋਵੇਗਾ ਟਾਇਰ 1 ਜਿਹੜਾ ਕਿ 50 ਨੰਬਰਾਂ ਦਾ ਹੋਵੇਗਾ ਤੇ ਟਾਇਰ 2 ਇਹ ਵੀ 50 ਨੰਬਰਾਂ ਦਾ ਹੋਵੇਗਾ। ਦੋਨੇ ਹੀ ਐਗਜ਼ਾਮ ਕੁਆਲੀਫਾਈ ਕਰਨੇ ਜ਼ਰੂਰੀ ਨੇ। ਜੇ ਤੁਸੀਂ ਟਾਇਰ 1 ਕਲੀਅਰ ਕਰ ਲਓਗੇ ਤਾਂ ਹੀ ਟਾਇਰ 2 ਦਾ ਐਗਜ਼ਾਮ ਦੇ ਸਕੋਗੇ। ਬਾਕੀ ਐਗਜ਼ਾਮ ਵਿੱਚ ਸਿਲੇਬਸ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਕਰੰਟ ਅਫੇਅਰ, ਆਈਟੀਆਈ ਨੋਲੇਜ ਜੋ ਵੀ ਇੱਥੇ ਲਿਖਿਆ ਹੋਇਆ ਹੈ ਨਾ ਇਸ ਦਾ ਸਕਰੀਨਸ਼ਾਟ ਲੈ ਲਓ ਜਾਂ ਰਾਈਟ ਡਾਊਨ ਕਰ ਲਓ। ਇਸ ਰਿ ਫਰੋਂ ਦਾ ਐਗਜ਼ਾਮ ਹੋਵੇਗਾ ਤੇ ਨੀਚੇ ਆਪਾਂ ਟਾਇਰ 2 ਦਾ ਐਗਜ਼ਾਮ ਵੀ ਦੇਖ ਸਕਦੇ ਆ ਲੈਂਗੁਏਜ ਲੈਂਗੁਏਜ ਐਸਓ ਵਾ ਇੰਗਲਿਸ਼ ਹਿੰਦੀ ਤੇ ਪੰਜਾਬੀ ਇਸ ਤੋਂ ਇਲਾਵਾ ਜਿਹੜੀ ਲੈਂਗੁਏਜ ਸਕਿੱਲ ਹੋਵੇਗੀ ਇੰਗਲਿਸ਼ ਵਿੱਚ ਓਕੇ ਇੱਥੇ ਆਪਾਂ ਨੰਬਰ ਦੇਖ ਸਕਦੇ ਆ 30 ਨੰਬਰਾਂ ਤੇ 20 ਨੰਬਰਾਂ ਦਾ ਇਹ ਸਾਰਾ ਟਾਇਰ 2 ਦਾ ਐਗਜ਼ਾਮ 50 ਨੰਬਰਾਂ ਦਾ ਟੋਟਲ ਹੋ ਜਾਵੇਗਾ ਸੋ ਤਿਆਰੀ ਖਿੱਚ ਲਓ ਜਲਦੀ ਹੀ ਇਹ ਪੋਸਟ ਅਪਲਾਈ ਕਰਨ ਵਾਸਤੇ ਆਨਲਾਈਨ ਲਿੰਕ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਉੱਪਰ ਜਨਰੇਟ ਹੋ ਜਾਵੇਗਾ ਫਿਰ ਆਪਾਂ ਇਸ ਪੋਸਟ ਨੂੰ ਆਨਲਾਈਨ ਅਪਲਾਈ ਕਰ ਸਕਾਂਗੇ